ਜ਼ਫਰ ਸਿੰਘ ਆਪ ਦੀ ਨਜ਼ਰ ਸ਼ੇਅਰ ਕਰਨ ਦੇ ਹੋਏ ਅਜਾ ਹਊ ਹਊ ਦੇ ਇਹ ਚੱਕਰੇ ਵਿੱਚ ਸਟੇ ਚਲੋ ਆਪੇ ਬੁਲੇ ਸਨ ਹੱਥ ਕੰਬਦੇ ਪੈਣ ਗਿਲਾਸ ਪਾਣੀ ਦਾ ਨਹੀਂ ਪਕੜ ਸਕਦਾ ਰੋਟੀ ਨਾਲੋਂ ਲੁਕਮਾ ਨਹੀਂ ਤਰੋੜ ਸਕਦਾ ਅਦਨਾਨ ਭਾਈ ਬਿਸਤਰ ਤੇ ਲੇਟਿਆ ਪਏ ਸੁਮੇ ਦੇ ਉੱਠੇ ਦੇ ਬਹਿ ਹਨ ਹਾਲੀ ਵੀ ਪੁੱਤਰ ਗੁਆਹ ਦੇ ਤਕੜਾ ਥੀ ਵੀ ਮੈਂ ਜੀਦਾ ਪਿਆ ਵੀ ਤੇਰੇ ਜੀਵਨ ਦਾ ਕਿਆ ਫਾਇਦਾ ਹੈ ਤੂੰ ਤਾਂ ਪੁੱਤਰ ਕੋ ਵਸੀਅਤ ਕਰਿਆ ਬੇਟਾ ਹਮਸਾਏ ਦਾ ਬੰਨਾ ਨਾ ਬਣੀ ਕਈ ਕੁ ਛਿਣਕਾ ਵੀ ਨਾ ਵੱਡਿਆਂ ਦਾ ਇਹਤਰਾਮ ਕਰੀ ਛੋਟਿਆਂ ਤੇ ਸ਼ਫਕਤ ਕਰੀ ਤੇਰੇ ਇਸ ਜੀਵਨ ਦਾ ਕਿਆ ਫਾਇਦਾ ਆਇਆ ਅਜਾ ਹਊ ਹਊ ਦੇ ਇਹ ਚੱਕਰੇ ਵਿੱਚ ਕੁਝ ਮੈਂ ਗਾਲੀ ਸੱਚਾ ਕਰਦਾ ਰਹਿ ਵੈਂਦਾ ਜੇ ਕੋਈ ਕੌੜੀਆਂ ਲੱਗੇ ਨਾ ਬੋਲੇ ਜਿਹਦਾ ਦਿਲ ਠਰੇ ਹੱਥ ਬੁਲੰਦ ਕਰਕੇ ਬੋਲੇ ਸੁਭਾਨ ਅੱਲਾਹ ਅਜਾ ਹਊ ਹਊ ਦੇ ਇਹ ਚੱਕਰੇ ਵਿੱਚ ਲੱਤਾਂ ਕਬਰ ਦੇ ਵਿੱਚ ਲੜਕਈ ਬੈਠੇ ਜਾਇਦਾਦ ਅਸ ਭਾਵੇਂ ਜੇ ਜਿਤਨਾ ਦ੍ਰਿਠ ਮਾਰ ਕੇ ਚੰਬੇ ਪਈ ਬੈਠੇ ਨਿਸੀ ਮਨ ਲਾ ਲਿੱਤਾ ਇੱਕ ਧੀ ਕੋ ਨਾ ਪੁੱਤਰਾਂ ਦੇ ਕਰਵਾਈ ਬੈਠੇ ਪੰਜ ਪੁੱਤਰਾਂ ਭਾਵੇਂ ਮਰ ਗਏ ਦੇ ਇੱਕ ਧੀ ਹਸਮੋਈ ਲਿਖਵਾਈ ਬੈਠੇ ਜਾਂਦੇ ਸਮਝ ਆਇਓ ਬੋਲੇ ਸੁਭਾਨ ਇਨਸਾਨ ਜ਼ਮੀਨ ਤੇ ਰੇਖ ਤੇ ਟੁਰ ਨਾ ਗਰਰਾ ਥੀ ਤੈ ਮਰਨਾ ਨਹੀਂ ਚਲੋ ਜਿਹਦਾ ਇਹੋ ਆਖੀਦਾ ਮੌਤ ਆਪਣੀ ਆ ਕੇ ਰਹਿਣੀ ਉਹ ਬੋਲੇ ਸੁਭਾਨ ਅੱਲਾਹ ਯਾ ਅਯੂਹ ਅਲ ਇਨਸਾਨ ਮਾ ਗਰਰਕ ਬਿ ਰੱਬਿਕ ਅਲ ਕਰੀਮ ਅੱਲਾਹ ਪਾਕ ਨੇ ਕੁਰਾਨ ਪਰ ਪਾਕ ਦੇ ਵਿੱਚ ਇਰਸ਼ਾਦ ਫਰਮਾਇਆ ਇਨਸਾਨ ਤੇ ਕੋ ਕਿਆ ਥੀ ਗਿਆ ਤੂੰ ਨਹੀਂ ਜਾਣਦਾ ਜਿੱਥਾ ਮੈਂ ਰਹੀਮ ਕਰੀਮ ਆ ਉੱਥਾ ਕਹਾਰ ਔਰ ਜੱਬਾਰ ਵੀ ਹੈ ਖਿਆਲ ਕਰ ਇਨਸਾਨ ਜ਼ਮੀਨ ਤੇ ਰੇਖ ਤੇ ਟੁਰ ਨਾ ਗਰਰਾ ਥੀ ਤੈ ਮਰਨਾ ਨਹੀਂ ਹੱਕਦਾਰੇ ਦਾ ਹੱਕ ਖਾਂਦਾ ਪਈ ਰੱਖ ਸੀਨੇ ਸੀ ਤੈ ਮਰਨਾ ਨਹੀਂ ਮਜ਼ਲੂਮ ਗਰੀਬ ਯਤੀਮਾਂ ਦਾ ਸੁਣ ਹੱਕ ਨਾ ਪੀ ਤੈ ਮਰਨਾ ਨਹੀਂ ਹੱਕਦਾਰ ਹੀ ਜੀਵੇ ਪੁੱਤਰ ਤੇਰਾ ਹੱਕਦਾਰ ਹੀ ਧੀ ਤੈ ਮਰਨਾ ਨਹੀਂ ਅਗਲੀ ਗੱਲ ਵੀ ਕਰ ਸੁਣਾ ਕਰ ਇਜਾਜ਼ਤ ਹੋਵੇ ਨਾ ਦਿਲ ਤੇ ਹੱਥ ਰੱਖ ਸੁਣ ਧੀ ਫੇਰ ਦੇ ਜਿਹੜਾ ਤਰਕੇ ਕੋ ਯਾਰ ਮੇਰੇ ਖਿਆਲ ਤੇ ਨਾਰਾਜ਼ ਹੋ ਗਏ ਮੁਨਾਸਿਬ ਮੈਂ ਕੁਝ ਕੁ ਧੀ ਤੇ ਭੈਣ ਦੀ ਸੁਣਾਉਣ ਨੂੰ ਕੋ ਡੰਗਰ ਨਾਥ ਕੋ ਬਲਾ ਖਾਂ ਕਿਆ ਖਾਂ ਬਿਆ ਧੀ ਭੈਣ ਦੇ ਜਿਹੜਾ ਤਰਕੇ ਕੋ ਵਜੇ ਲੰਗਰ ਚਾਰੋਂ ਦੀ ਬਖਸ਼ਿਸ਼ ਨਹੀਂ ਡਿਉ ਦੇ ਮਾਲ ਤੇ ਰੋਜ਼ ਜਿਹੜਾ ਵਜੇ ਰੱਬ ਦੇ ਘਰੋਂ ਦੀ ਬਖਸ਼ਿਸ਼ ਨਹੀਂ ਖਾ ਕੇ ਮਾਲ ਯਤੀਮੇ ਦਾ ਰੱਖੇ ਸਜਦੇ ਸਾਰੋਂ ਦੀ ਬਖਸ਼ਿਸ਼ ਨਹੀਂ ਤਵੱਜੋ ਗੁਸਤਾਖ ਰਸੂਲ ਦਾ ਮੌਜ ਭਾਵੇਂ ਵਜੇ ਕਾਬੇ ਮਾਰੋਂ ਦੀ ਬਖਸ਼ਿਸ਼ ਨਹੀਂ ਜਦੀ ਸਮਝ ਆਏ ਹੱਥ ਬੁਲੰਦ ਕਰਕੇ ਬੋਲੋ ਸੁਭਾਨ ਅੱਲਾਹ ਗੁਸਤਾਖ ਰਸੂਲ ਦਾ ਮੌਜ ਭਾਵੇਂ ਵਜੇ ਕਾਬੇ ਮਾਰੋਂ ਦੀ ਬਖਸ਼ਿਸ਼ ਨਹੀਂ ਪੜ ਕਲਮਾ ਦਿਲ ਵਿੱਚ ਬੋਗਜ਼ ਰੱਖੇ ਇਹ ਦਿਲ ਬੇਈਮਾਨ ਦਾ ਕੀ ਫਾਇਦਾ ਸਮਝ ਨਹੀਂ ਆਉਂਦੀ ਕਲਮਾ ਹੀ ਰਸੂਲullah ਦਾ ਪੜਦੇ ਨੁਕਤਾ ਚੀਨੀ ਵੀ ਆਪ ਦੀ ਸ਼ਾਨ ਚ ਕਰਦੇ ਪਤਾ ਨਹੀਂ ਕਿਹੋ ਜਿਹਾ ਕਲਮਾ ਪੜ੍ਹੇ ਸੀ ਇਹ ਜੇ ਪੜ੍ਹਨ ਕੋਲ ਤਾਂ ਨਾ ਪੜ੍ਹਿਆ ਨਾ ਅੱਲਾ ਨੇ ਫਰਮਾਇਆ ਮੈਂ ਆਪਣੇ ਮਹਬੂਬ ਕੋ ਬੇਅਇਬ ਔਰ ਲਾ ਰਹਿ ਬਣਾ ਕੇ ਭੇਜਵੀਂ ਉਮਤੀ ਦਾ ਕੰਮ ਲੇਖ ਵੇ ਕਲਮਾ ਵੀ ਹੀ ਰਸੂਲ ਦਾ ਪੜ੍ਹਦੇ ਵਲ ਚੀਨ ਗੋਇਆ ਵੀ ਆਪ ਦੀ ਸ਼ਾਨ ਚ ਕਰਦੇ ਵਲ ਅਕੀਦਤ ਦੀ ਤਰਜਮਾਨੀ ਕੀਤੀ ਨਾ ਜਵਾਬ ਆਪਣੇ ਹੱਥ ਬੁਲੰਦ ਕਰਕੇ ਬੋਲ ਸੁਭਾਨ ਅੱਲਾ ਪੜ੍ਹ ਕਲਮਾ ਦਿਲ ਵਿੱਚ ਬੋਗਜ਼ ਰੱਖੇ ਇਥੇ ਦਿਲ ਬੇਈਮਾਨ ਦਾ ਕੀ ਫਾਇਦਾ ਜਦ ਅੰਦਰ ਦਾ ਮਾਰੇ ਨਿਸ਼ਾਨ ਵਜੇ ਉਹ ਸਖਣੀ ਜਾਨ ਦਾ ਕੀ ਫਾਇਦਾ ਖੜਾ ਦਰਦ ਰਹੇ ਕਰੇ ਚੋਰ ਚੋਰੀ ਇਹ ਛੈ ਨਿਗਰਾਨ ਦਾ ਕੀ ਫਾਇਦਾ ਜਿਹੜੀ ਜ਼ਿਕਰ ਹਜ਼ੂਰ ਚ ਬੋਲੇ ਨਾ ਉਹ ਬਦਬਖਤ ਜ਼ੁਬਾਨ ਦਾ ਕੀ ਫਾਇਦਾ ਉਹ ਜ਼ੁਬਾਨ ਕੋ ਕੀ ਕਰਨੇ ਜਿਹੜੇ ਹਾਲਤ ਦੇ ਧਨ ਰੋਜ਼ ਖਸਤੀ ਮੇਰੀ ਮੈਂ ਹੁਣ ਆਪਣੀ ਕੈਫੀਅਤ ਤੋਂ ਕਿਛ ਸ਼ੈ ਲੁੱਟਦਾ ਤੁਹਾਡੀ ਤਵੱਜੋ ਹੋਵੇ ਮੇਰਾ ਗੱਲਾ ਸਾਥ ਨਹੀਂ ਲੈਂਦਾ ਤੁਹਾਡੀ ਮੁਹੱਬਤ ਪੂਰੇ ਕਰਾਂ ਇਹ ਵੀ ਇਹਨਾਂ ਦੀ ਕਰਮ ਨਵਾਜ਼ੀ ਹੈ ਜਿਵੇਂ ਕੋ ਬਰਦਾਸ਼ਤ ਕਰਨ ਦੇ ਪੈਣ ਮਗਰ ਨਾ ਕਿ ਮੈਂ ਨਜ਼ਰ ਕਰਦੇ ਆ ਕੋਈ ਸ਼ੇਰ ਦੁਆ ਫਰਮਾਓ ਅੱਲਾ ਇਹਨਾਂ ਦੀ ਹਯਾਤ ਦਰਾਜ਼ ਫਰਮਾਏ ਇਹ ਉਹ ਜਵਾਨ ਦਾ ਪੁੱਤਰ ਹੈ ਜਿਹੜਾ ਆਸ਼ਿਕਾਂ ਦੇ ਰੂਹ ਦੀ ਰਜ਼ਾ ਬੇਸ਼ੱਕ ਇਹ ਮੈਂ ਖੁਸ਼ਾਮਤ ਨਹੀਂ ਖੜਾ ਕਰਦਾ ਅੱਲਾ ਰਸੂਲ ਕੋ ਗਵਾਹ ਕਰਕੇ ਆਦਾ ਮੈਂ ਜਿਹਨਾਂ ਕੋਲ ਮੁਤਾਸਰ ਥੇ ਕਰੇ ਸਨਾ ਖਾਨ ਕੇ ਦੀ ਉਹ ਕਾਰੀ ਸ਼ਫਕਤ ਰਸੂਲ ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਮੇਰੇ ਦਿਲ ਦੀ ਆਪਣੀ ਚਾਹਤ ਹੈ ਸ਼ਾਈ ਭਾਈ ਦੁਆ ਫਰਮਾਓ ਅੱਲਾ ਇਹਦੀ ਹਯਾਤ ਦਰਾਜ਼ ਫਰਮਾਵੇ ਮੈਂ ਆਪਣੇ ਜਹਾਨ ਵਾਲੇ ਪਾਸੇ ਔਰ ਆਰਫਾਂ ਦੀ ਨਜ਼ਰ ਕੋਈ ਸ਼ੇਅਰ ਕਰਨਾ ਚਾਹਨਾ ਉਹਨਾਂ ਹੀ ਹਟਣਾ ਚਾਹਨਾ ਜਿਹੜੇ ਹਾਲਤ ਦੇ ਦਿਨ ਰੋਜ਼ ਖਸਤੀ ਮੇਰੀ ਨਾ ਮਸਜਿਦ ਦੀ ਗਾਲ ਹੈ ਨਾ ਮੰਦਰ ਦੀ ਖੇਡ ਹੈ ਹਰ ਕਹੀਂ ਦੇ ਆਪਣੇ ਅੰਦਰ ਦੀ ਖੇਡ ਹੈ ਸਾਰੀ ਮੌਜ ਸਖਣੀ ਸਾਡਾ ਮੌਜ ਨਾ ਹੈ ਹਕੀਕਤ ਦੇ ਵਿੱਚ ਕਹੀਂ ਕਲੰਦਰ ਦੀ ਖੇਡ ਹੈ ਜਿਹੜੇ ਹਾਲਤ ਦੇ ਦਿਨ ਰੋਜ਼ ਖਸਤੀ ਮੇਰੀ ਉਹ ਕਦਾ ਜਾਣ ਦੇ ਮਨ ਦੀ ਮਸਤੀ ਮੇਰੀ
ओडो हाथ पार अरशा तो पुजदन मेरे इडो सखरा तो उगते है पस्ती मेरी तवज्जो मैं जे खिडरा त बणदी है कायनात कुल मैं जे सिमटा त बणदी है वस्ती मेरी तै जो कालू बलहदा गवाहा नीता ओ भी पहले दी है रमजल अस्थी मेरी हूं बे सूरत को सूरत दे अंदर डिठे हूं बे इशारत को जो कर सो हूं बे सूरत को सूरत दे अंदर डिठे जै सुनाता है समझी है हस्ती मेरी कोई जो बिटे दे सावे घिने मौज मोल्ले दी कीमत भी कहनी जो सस्ती मेरी कोई जो बिटे दे सावे घिने मौज मोल एदी कीमत भी कहनी जो सस्ती मेरी हां ये नमाज़े इश्क है ऐसे में तो ना सुजूद है ना कयाम है जिसे चाहे जैसी पढ़ाई दे ये निगाह यार का काम है जिसे चाहे जैसी पढ़ाई दे ये निगाह यार का काम है तेको सुद नहीं इश्क दी रमज है क्या कि मैं खेल बनाई वेंदी है इत्था यार दिखा तर 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 ते बिखिया भी कराई वेंदी है इत्था सर धड़ बाजी लगदी है दीदार करण कोई सौखा नहीं इत्था तन विच कीड़े पौंदे हैं इत्था खल भी लहाई वेंदी है जे दीद ना होवे दिल भर दिया बिना दीद दे तुई नहीं होती इत्था लफदे दीवे बाल करई शब रात मनाई वेंदी है तोड़े सैयद होवे घुगरो पा इत्था नचना वाजिब थी वेंदे इत्था शान शर्म को लाती लिया हलकत भी हसाई वेंदी है ए इश्क ए सबकत क्या पुछ दई इत्था दीन धर्म भी नहीं बचदा तर यार दा काबा जान करई ने तसीस निवाई वेंदी है ये नमाज ए ऐसे में तो नमन बेहूदा गिरदे पूछाओ बाजार में गर्दम मजा के आशिकी दारम पे दीदार में गर्दम खुदा या रहम कुल पर मन परेशान वार में गर्दम खता कारम गुनाहगारम बहाले जार में गर्दम शराबे शोक में नोशम बगर दे यार में गर्दम शराबे कहीं को समझ आ रही है ना मैं अपने शौक के पहने जड़ कुछ पहने ना शराबे शोक में नोशम बगर दे यार में गर्दम सुखन मस्तान में गोयम वले हुशियार में गर्दम गहे खंदम गहे गिरियम गहे हफतम गहे खेजम मसीहा दर दिलम पैदा मसीहा दर दिलम पैदा या साहिब अल जमाल या सैयद अल बशर मैं वजह कल मुनीर लकद नूर अल कमर लायम के नुसनाओ कमा काना हको हुआ बाद अज खुदा बजुर्ग तू ही है किसा मुख्तसर साड़ी गुजरी दे हालात न पूछे असा सौ सदमा तिच रह गए जिमे निहन तलख अजाबे दे उए सदमे रात च रह गए हुजूर दा गुलाम है ना हजरत सुलेमान फारसी है विकरियां विकानियां यार ही जगत ते हुजूर दी बारगाह च हाजिर होया है आपने कीमत भरी है रिहा कराया है वल जिस वेले रिहा कराया ते कदमा च मिलाया है वल हुजूर ने पूछे सुलेमान हाल है वल हजरत सुलेमान दी जुबान ते जड़े जुमले जारी होए सराय की जुबान ने शहर ने तर्जमा नहीं की है उन्हें क्या कि या रसूल अल्लाह साड़ी गुजरी दे हालात ना पूछे असा सौ सदमा तच रहे गए जिमे नी हर तलख अजाबे दे उए सदमे रात च रह गए असा दुनिया छोड़ के एक पासे गुम अपनी जात च रहे गए तुहाडे सदते सबकत याद आया साडा कोई कैनात च रहे गए ना साडा कोई कैनात च रहे गए ना साडा कोई कैनात च रहे गए हां मेरे जाने चंगा ला के इजाजत थोड़ा सुना चल सना खान मुस्तफा सना कोई कायनात च रह गए मन बेहूदा गिर दे कूचाओ बाजार में गर्दम शराब शौक में नोशम गिर दे यार भी गर्दम सुफन मस्तान में गोयम वले होशियार भी गर्दम गहे खंदम गहे गिरियम गहे हफतम गहे खेजम मसीहो दर दिलम पैदा ओ मन बीमार में गर्दम बया जाना अनायत
कौन बया जाना अनायत कौन बया जाना अनायत कौन तुम मौला नायरू मीरा गुलाम शम्स तबरेज़ कलंदर वार मेकर दम ये नमाज़े है ऐसे में तो ना सुजूद है ना गया लेकिन मुखालिफ जमाना मुखालिफ खुदाईए ना कोई हाल घिन दे ना कोई हाल ले दे असा आप खुर्दा ले दे वदे है ए रोही तेरावा चपल छान मारे सजन जिंदगानी दा थल छान मारे ए सर को झुका के कमर को निवा के तेरे नक्श पा को भुले दे वदे है कुफर क्या सबकत मुसलमानी क्या है रिहा होश कैनी है जो क्या पार सही है तैदा तर तनिसदा है काबे दकाबा तहो ते नो सर को झुके ने वदे है ठेकत हो खोब जब सोनिया ला तैदा फाला तैदा पुछदा फटे कपड़े गल विच लीरा हने पो पाला हाथ ला पुछदा उदे जस आप तूफा दे शोले हने रंग काला हाथ ला पुछदा जदा पहुंचे आमिर आख दे में एक गल हाथ ला पुछदा और क्या दा खड़ा पुरो नूर है तैदा नगर क्या बात है पुरो नूर है तैदा वाह वाह शाबाश जिंदा दिल तरदा बैगो सुभान अल्लाह हाथ बुलंद करके सुभान अल्लाह मेरा दिल आगे चलो मैं मोड़ कुटी शाबाश शाबाश उमर अदरास नूर है तैदा नगर तैदा नगर क्या बात है बसता रवे तैदा शहर बसता रवे तैदा शहर तैदा शहर क्या बात है पर नूर है तैदा अदा तुम्हारी जहां में ऐसे जहां को शहदा किया हुआ है तुम्हारी आंखों का ये है आलम अभी तो चेहरा छुपा हुआ है तुम्ही आईना ओ लम यजल का तुम्ही हो कुदरत की जान जाना खुदा भी तेरी तरफ है मायल खुदी का सर भी झुका हुआ है तवाफ काबे का करते आशिक ने पूछा काबा तुम्हारा काबा है काबा बोला वो मेरा काबा जो सब्ज गुंबद सजा हुआ है सहर की बाद सबा से पूछा ये महक तुमको मिली कहां से खुशी से बाद सबा ये बोली नबी का रोजा छुआ हुआ है अब और इन दो बुलावा आया है
ایسا کی سب کو بلا رہا ہے ولو انہم ظلموا انفسهم جاؤوگا فاستغفر اللہ واستغفر اللہم الرسول لوجد اللہ تواب رحیم آوری تو بلاوا آیا ایسا کی سب کو بلا رہا ہے اب موج مستی کے جام پی لو میں کھانا وحدت کھلا ہوا ہے پر نور ہے تیدا نگر تیدا نگر کیا بات ہے وسدا روے تیدا شہر وسدا روے تیدا شہر وسدا روے تیدا واللیلی زائر شاہ زلفان تاہا یاسین دا سہرائے اکھ پاک مزاق کا جلوالی و شمس دوہا دا چہرائے گھر بار بھولا دل نے بہدے اکھ پاک تیرے تھا چہرائے جیندے دیکھن نال خدا رس دے اون دا سانی موجا گھرائے پر نور ہے تیدا نگر تیدا نگر کیا بات ہے نہ نور بشر دے جھیڑے کر نہ گال بشر دے نور دی ہے دے توڑ ترازو اکلان دے اے گال اکر تو دور دی ہے نہ نوح کشتی دا واقعہ ہے نہ گال کلیم دے تور دی ہے اے مخفی راجن موج مٹھا باقی سب کچھ ذات حضور دی ہے پر نور ہے تیدا نگر تیدا نگر کیا بات ہے پر نور ہے وحسن من قلم ترکت عینی واجمل من قلم تلد النساء خلقت مبرا من کل عیب کانک قد خلقت کما تشاء پر نور ہے تیدا نگر تیدا نگر کیا بات ہے وسدا روے تیدا شہر یہ سوچ کے بس پیا ساڈی پونچھ مرے تینا وج تھی وے انچھو پاد پسائے ہن پپلا دے منظور متا پیچھا جے تھی وے سیرو لنگے ہے کاجو مکدے ہے اے حسان سیار ایہو آج تھی وے جے چاگ دے سب قطنے ملنا چلو خوابچ آسانا جے اے بو آتا سیار دیکھتا بنو تیرے نقش قدم تے چل دے پئی ہے زندگی فقیر تیں باج بھلا سادی کون سنے ایک موج میہر دی پھال نظر پوسی بس کونین یہ سوچ کے اکھیا سیام بس پیا ساڑی موج مرے تینا ون تھی وے جو پات پسائن پپلا دے منظور متا کوئی چاجے تھی وے سیرو لنگے ہیں کجو مکدے ہیں احسان سیاں ایہو آج تھی وے جے چاک دے سب کتنے ملدا چلو خوابچ آسانا جے تھی وے پر نور ہے تیدا نگر تیدا نگر کیا بات ہے
वसदार वे तेरा शहर वसदार वे तेरा शहर लाजोपाल दे शहर दे कहीं कोने वाह वाह ते पता नो करमाल होवे करे खिदमत उमार गुजार देवे कोई हिरस नवाल दा होवे देखे शाम सवेरे सईदे रोजे ते पथ इतना नाल दा होवे राज जफर महीन च नहीं थी दा कोई वीजा साल दा होवे जगते पिना दे कई ढाके हैं कोई पिंदन रोप पिंदन कोई पिंदन मख फिराज दे विच कोई अपना नाम दसा पिंदन ओए कोई पिंदन तूर दी चोटी ते ओ कोई विच बाजार दे पिंदन जेड़े दर महबूब तो नहीं पिंदे मैं गुंडा स किशवर ओ क्या मता कहीं सूरत बच्च मिल पोवे यो ख्याल जो आए वते पिंदे हैं कदे दरते कदी ओ दरते तर तर खड़काए वदे पिंदे हैं कहीं खैर चौपाइए कश को ते बचे कहीं छिंदे किया लाए वदे पिंदे हैं दिल नूर पिनाने कोई पेशा नहीं तेरे इश्क पिनाए वदे पिंदे हैं पर नूर है तेरा नगर तेरा नगर क्या बात है वसदार वे तेरा हसिक सानी दा काबा भी तू काबे दा वल काबा भी तू حضرت بلال رہن والا ہے رنگ مبارک کالا ہے ہوٹ مبارک موٹے زبان دے اندر لکنا تے شہادت دی یاد ہے شہادت پڑھ دے میرے رسول نے کتنے وچ جو جھک گئے مقام اے ملے بیت اللہ شریف دی چھت ہے حضرت بلال دے قدم ہے رسول دی بارگاہ وچ عرض گزاری ہے یا رسول اللہ رخ کیڑے پاسے کر کے اذان دیوا ہن تو جو اس واسطے جملہ ہے حضور نے فرمایا بلال تے کو نہیں پتہ اسا کعبے دا قبلہ ہے جنے اسا ہے انہی رخ کر کے اذان لے بل حضرت بلال رخ کیتے حضور والے پاسے فرمایا اللہ اکبر واہ واہ جندی سمجھ ہے بولے سبحان اللہ عاشق نے ترجمانے کی دیکھی چی صاحب کیا کہے سکھ سالی دا کعبہ تو کعبے دا ول کعبہ تو کعبے دا ول کعبہ تو کعبے ہوتے تیرا امر تیرا امر کیا بات ہے پر نور ہے تیرا نگر سکسانی دا ہائے ہائے واہ واہ اگلا شعر سنا لینا اور میں یہ شعر دے کہنا اکثر تو بولو سبحان اللہ شاباش میرا عقیدہ ہے جس ویلے میں شعر پڑھنا نا بے شک عاشق بولے سبحان اللہ شاباش صدیق ہے عثمان ہے مولا علی زی شان ہے
من قلت مولا فهذا علي مولا مولا علي زي شان ہے مدینۃ العلم والی باب ہا مولا علی زی شان ہے تے دے رلے تے دا عمر تے دے رلے تے دا عمر تے دا عمر کیا بات ہے میرے ذوق کو دیکھو تے اپنا سنن کو دیکھو واہ 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 پہلے عرض گزاری ہے اگر توجہ ہوئے تو شیر سنا چھنا مجد حرف کی ریندار ہے گئے عشق صدیق علیدار ہے گئے سبقت سایاں سینی کی تے پھاوے ناگ دگیدار ہے گئے تے دے رلے تے دا عمر تے دے رلے تے دا عمر تے دا عمر کیا بات ہے پر نور ہے تے دا نگر صدیق دا صدیق تو کیا پوچھ رہے تصدیق کر بھی لجپال دیے فاروق غلام حضور دا ہے اے مہر علی دے لال دیے ہر کہیں دا شان سبحان اللہ تے ہر کہیں دی رم کمال دیے پر سب کت سج کو روک دے ونے اے طاقت خاص بلال روز ستنی ہے اونتی کو ہے عرش مولا تے بھامے چچرے لفظ علیں دی ہے اوہ ایمیں لگ دا ہایا دی کیا مت ہے دھا عرش تونی جڈا بیندی ہائے جینتے سالک لکھ اتراز ہانے اوہا سے جو ابرانا دل درد تو ماندی نہ تھی درد چکر کی میں ہو دل ویسن گزارے اصلوں نہ ڈارے ویسن گزارے یہ حکم کتنے سر میں انہوں نے تعلیم کرنا پیا ویسن گزارے کی میں نہ ڈارے ظلم کہارے میں ہو دل دل درد تو مادی نہ تھی دل درد تو وچھڑ گیا سجنا دیا تاگا تے ساڑے گجڑے درد جگائے پلک پلک پردیسیاں کارن ساڑے اکھیاں نے ساون لائے اللہ جانے کیا دیر پیاں خاجہ غلام فریدہ چھوکا آباد تھی میں رب پھر ویران وسائے دل درد تو مادی نہ تھی تنم فرسود جا پارا زہجرہ یا رسول بھائی دے ڈوڑا والا سنوا میں فرسی دے وچ کچھ اشار سنے جلا تنم فرسود جا پارا زہجرہ یا رسول اللہ دلم پی مردہ آوارا زہجرہ یا رسول اللہ ذکردہ خیش حیرانم سیاہ شد روز سیانم پشیمانم پشیمان یا رسول اللہ اس تو اگلی گل بڑی اچھی ہے سنا چھوڑا اون دے نال ہسے خوشحال ہسے او نکھڑے حال نکھڑی گئے ہاں گلتے گل
ਹਈਆ ਗਾਲ ਹੀ ਕਾਲ ਗੱਲ ਨਿਖੜੇ ਗਾਲ ਨਖੜੀ ਗਏ ਉਹਦੀ ਚਾਤ ਤੇ ਚਲਦੇ ਪਏ ਹਾਸੇ ਦਿਲ ਚੁੱਕ ਪਏ ਚਾਲ ਨਖੇੜੀ ਗਏ ਸੋਚ ਮੋਚ ਬਾਤ ਉਹ ਚੈਨੀ ਦਾ ਮਾਲ ਨਖੇੜੀ ਗਏ ਬੀਬੀ ਪਾਕ ਬਤੂਲ ਦੇ ਪੁੱਤਰਾਂ ਦਾ ਵਾਹ ਰੱਬ ਦੇ ਨਾਲ ਯਾਰਾ ਮੇਰੀ ਹਾਦੀ ਦਾ ਖੇੜੀ ਚਲੋ ਮਾਸ਼ਰ ਦਾ ਮੈਦਾਨ ਨਫਸੋ ਨਫਸੀ ਦਾ ਆਲਮ ਕੋਈ ਕਹਿੰਦਾ ਨਾ ਉਹ ਸੀ ਹਜ਼ੂਰ ਦਾ ਗੁਲਾਮ ਹਜ਼ੂਰ ਦੀ ਬਾਰਗਾਹ ਦੇ ਅੰਦਰ ਅਰਜ਼ ਕਰੇਂਦਾ ਖੜਾ ਸੀ ਔਰ ਕਿਆ ਦਾ ਖੜਾ ਸੀ ਭੀੜ ਮੇਲੇ ਦੀਏ ਇਤਨਾ ਘਮ ਸਾਣੇ ਮੈਂ ਹੱਥ ਪਕੜੇ ਜਲ ਮੈਂ ਹੱਥ ਛੋੜੀ ਨਾ ਮੈਂ ਜਾਣੇ ਜਾਣ ਕਿਆ ਮੇਰੀ ਜਾਣੇ ਮੈਂ ਹੱਥ ਪਕੜੇ ਜਲ ਮੈਂ ਹੱਥ ਛੋੜੀ ਨਾ ਭੀੜ ਮੈਂ ਲੈ ਦਿਏ ਕੱਲੇ ਸਿਰ ਤੇ ਸਦਾ ਕੱਲਾ ਰਹੇ ਨਾ ਵਜਾ ਲੱਲਾ ਲੱਲੇ ਦਾ ਲੱਲਾ ਰਹੇ ਨਾ ਵਜਾ ਲੱਲਾ ਲੱਲਾ ਰਹੇ ਨਾ ਵਜਾ ਸਈਆਂ ਸੈਂਤੀ ਸਾਡਾ ਮਹਸ਼ਰ ਵਿੱਚ ਲਈ ਫਾਲ ਸੰਭਾਲ ਫਕੀਰੇ ਦੇ ਨਾ ਗੜ ਖੋਲੀ ਸਾਡੇ ਐਬੇ ਦੀਆਂ ਰੱਖੇ ਲੱਜ ਲੱਜ ਫਾਲ ਫਕੀਰੇ ਦੀਆਂ ਤੇ ਕੋਤੇ ਵਾਸਤਾ ਹੈ ਨਵੀਂ ਮੁਸ਼ਕਿਲ ਤਾਲ ਫਕੀਰੇ ਦੀਆ ਇਹੋ ਆਖੀਰ ਸ਼ਦ ਮੈਲੇ ਨਾ ਬਣ ਪੋਸੇ ਗਾਲ ਫਕੀਰੇ ਦੇ ਕੱਲੇ ਸਿਰ ਤੇ ਸਦਾ ਕੱਲਾ ਰਹੇ ਨਾ ਵਣਾ ਲੱਲਾ ਲੱਲੇ ਦਾ ਲੱਲਾ ਰਹੇ ਨਾ ਵਣਾ ਛਾਣ ਹੋ ਤਾਉਵੇ ਛਾਣ ਦਾ ਛਾਣ ਉਸ ਨੇ ਕੀ ਸਮਝ ਆਉਂਦੀ ਹੈ ਨਾ ਜੇ ਕੋ ਸਮਝ ਆਉਂਦੀ ਪਿਓ ਬੋਲੇ ਸੁਭਾਨ ਅੱਲਾ ਛਾਣ ਹੋ ਤਾਉਵੇ ਛਾਣ ਦਾ ਛਾਣ ਹੈ ਮੈਂ ਹੱਥ ਪਕੜੇ ਜਲ ਮੈਂ ਹੱਥ ਛੋੜੀ ਨਾ ਮੈਂ ਜਾਣੇ ਜਾਣ ਸ਼ੇਰ ਬੜਾ ਕੀਮਤੀ ਹੈ ਜਿਹੜਾ ਹਜ਼ੂਰ ਦੀ ਬਾਰਗਾਹ ਵਾਸਤੇ ਤੜਪਦਾ ਬੈਠੇ ਨਾ ਜਿਹੜਾ ਇਹ ਕੀਦਾ ਹਜ਼ੂਰ ਸ਼ਿਫਾਤ ਫਰਮਾਉਣ ਵਾਲਾ ਵਾਲੋ ਸੁਭਾਨ ਅੱਲਾ ਸੁਭਾਨ ਹੁਣ ਮੇਰੀ ਲਾਜ ਰੱਖੇ ਮੇਰੀ ਥਾ ਸੁਣ ਕਰਾਈਆ ਆਇਆ ਮੇਲਾ ਦੇਖਣ ਤੈਨਾ ਨਾ ਸੁਣ ਕਰਾਈਆ ਆਇਆ ਮੇਲਾ ਦੇਖਣ ਤੈਨਾ ਨਾ ਸੁਣ ਕਰਾਈਆ ਮਾਨ ਹਤਰੀ ਸਾਤ ਦਾ ਮਾਣ ਹੈ ਤੇ ਕੋ ਹਜ਼ੂਰ ਦਾ ਮਾਣ ਹੈ ਉਹ ਹੱਥ ਬੁਲੰਦ ਕਰਕੇ ਬੋਲੇ ਸੁਭਾਨ ਅੱਲਾ ਮਾਣ ਹੈ ਤਾਤੜੀ ਸਾਤ ਦਾ ਮਾਣ ਹੈ ਪੇਸ਼ ਕਾਤੇ ਨੇ ਆਪਣਾ ਜ਼ਬਾਨ ਕਰਾ ਆਪਣੀ ਰਾਧੀ ਦਾ ਕਹਿਣਾ ਬਹਾਨਾ ਕਰਾ ਆਪਣੀ ਰਾਧੀ ਦਾ ਕਹਿਣਾ ਬਹਾਨਾ ਕਰਾ ਤਵਜੋ ਜਿਹੜੇ ਗੁਣ ਹਨ ਤਗੁਣ ਹੋਂ ਵਿਸੋ ਕਾਣ ਹੈ ਮੈਂ ਹੱਥ ਪਕੜੇ ਜਲ ਮੈਂ ਹੱਥ ਛੋੜੀ ਨਾ ਵਣ ਦੀ ਮਾਂ ਖੇਤਰੀ ਸਾਰੀ ਰਾਖੀ ਤਰੀ ਸੋਚ ਲਾ
ਵੀ ਤੇਰਾ ਚੰਦ ਰਤਾਰੇ ਤੇਰੇ ਸਾਰਿਆਂ ਸਹੀ ਤੇਰਾ ਸਹੀ ਸੋਹਣਾ ਸਹੀ ਕੋੜ ਨਹੀਂ ਸਾਰੇ ਥਵੇਂ ਤੇਰੇ ਸਾਰੇ ਨਾਰੇ ਤੇਰੇ ਬਣਦੀ ਮਾਂ ਖੀ ਤੇਰੀ ਵੇਸ ਆਹ ਤੂੰ ਅਹਿਮਦ ਵੱਡਾ ਆਇਆ ਹੀ ਮੀਮ ਦਾ ਓਲਾ ਕਰੇ ਖੁੰਡ ਸਜਾ ਮੀਮ ਦਾ ਓਲਾ ਕਰੇ ਘੁੰਡ ਸਜਾ ਆਇਆ ਹੀ ਵਾਂਧੇ ਧਾਰੇ ਤਲੇ ਸਾਰੇ ਸਾਰੇ ਤਲੇ ਕੋੜੇ ਮਿੱਠੇ ਤਲੇ ਬਾੜ ਖਾਰੇ ਤਲੇ ਬਣਦੀ ਮਾਖੀ ਤਰੀ ਵਤਨ ਬਿਗਾ ਸ਼ੇਰ ਇੱਕ ਹਜ਼ੂਰ ਦੀ ਅਜ਼ਮਤ ਆਲ ਦੀ ਅਜ਼ਮਤ ਦੇ ਹਵਾਲੇ ਨਾਲ ਇੱਕ ਸ਼ੇਰ ਪੜ੍ਹਨੇ ਹੋ ਵਤਨ ਬਿਗਾ ਵੱਲ ਨਹੀਂ ਆਵਣਾ ਵਤਨ ਬਿਗਾਨੇ ਵੱਲ ਨਹੀਂ ਆਵਣਾ ਉਹ ਯਾਦ ਕਿਤੋਂ ਮੈਂ ਦਿਲ ਦਾ ਵਤਨ ਬਿਗਾਨੇ ਵੱਲ ਨਹੀਂ ਆਵਣਾ ਵਤਨ ਬਿਗਾਨੇ ਸ਼ਾਰਦਾ ਮੈਂ ਵਤਨ ਦੀ ਗੱਲ ਕੀਤੀ ਵਤਨ ਬਿਗਾਨੇ ਪਾਰੂ ਦਿਸੇ ਦੀ ਉਹ ਝੋਕ ਸਜਣੇ ਦੀ ਪਾਰੂ ਦਿਸੇ ਦੀ ਉਹ ਝੋਕ ਸਜਣੇ ਦੀ ਕਿਉਂ ਰਹਸਾਇ ਰਵਾ ਕਿਉਂ ਰਸਾਇਰ ਸਾਰਨੀ ਵਤਨ ਬਿਗਾਨੇ ਵੱਲ ਨਹੀਂ ਆਵਣਾ ਉਹ ਵਤਨ ਬਿਗਾਨੇ ਦੀਨੇ ਨਬੀ ਸਾਲ ਮੈਂ ਅਸਾਸਾ ਹੁਸੈਨ ਦਾ ਜਿਹੜੇ ਅਹਿਲ ਖਿਰਤ ਬੈਠੇ ਉਹਨਾਂ ਦੀ ਨਜ਼ਰ ਹੈ ਸ਼ੇਰ ਮੈਂ ਕੋਈ ਪੜ੍ਹ ਲੈ ਦੀਨੇ ਨਬੀ ਸਾਲ ਅਸਾਸਾ ਹੁਸੈਨ ਦਾ ਖੁਲਿਆ ਹੈ ਕਰਬਲਾ ਵਿੱਚ ਖੁਲਾਸਾ ਹੁਸੈਨ ਦਾ ਸੋਚੋ ਖੁਦਾ ਤੇ ਬੰਦੇ ਹੱਕ ਤੇ ਹਾਜੇ ਯਜ਼ੀਦ ਸੋਚੋ ਖੁਦਾ ਦੇ ਬੰਦੇ ਹੱਕ ਤੇ ਹਾਜੇ ਯਜ਼ੀਦ ਵਤਹੁਰ ਨੇ ਕਿਉਂ ਹਾ ਚੁਣਿਆ ਪਾਸਾ ਹੁਸੈਨ ਦਾ ਖੁੱਲਿਆ ਹੈ ਕਰਬਲਾ ਵਿੱਚ ਖੁਲਾਸਾ ਹੁਸੈਨ